ਤਾਂ ਬੇਟੇ ਨੂੰ ਕੋਈ ਅਹਿਮ ਅਹੁਦਾ ਦੇ ਦਿਓ ਤੇ ਇੱਕ ਬੰਦਾ ਤੋੜ ਕੇ ਤੇ ਟੀਵੀ ਤੇ ਨਸ਼ਰ ਕਰ ਦਿਓ। ਇੱਥੇ ਕਰੋੜਾਂ ਆਵਾਮ ਜਿਹੜੀ ਆ ਮਸ਼ਾਇਕ ਦੇ ਪਿੱਛੇ ਆ, ਉਹ ਮੁਖਲਿਸ ਹੋ ਕੇ ਪਾਕਿਸਤਾਨ ਦੀ ਖਿਦਮਤ ਕਰਦੀ ਪਈ, ਇਸਲਾਮ ਦੀ ਖਿਦਮਤ ਕਰਦੀ ਪਈ ਆ, ਤੇ ਤੁਹਾਨੂੰ ਵੋਟ ਵੀ ਲੈ ਕੇ ਕੁਛ ਦਿੱਤੇ ਨੇ ਤੇ ਅੱਗੇ ਵੀ ਉਹ ਵੋਟ ਲੈਣ ਦੀ ਉਹ ਪੂਰੀ ਇਸ ਪੋਜੀਸ਼ਨ ਦੇ ਵਿੱਚ ਹੈ ਕਿ ਉਹ ਪੇਸ਼ਕਸ਼ ਕਰਦੀ ਪਈ ਆ ਕਿ ਅਸੀਂ ਹਕੂਮਤ ਨੂੰ ਇੰਨਾ ਮਜ਼ਬੂਤ ਕਰ ਸਕਦੇ ਹਾਂ, ਲੇਕਿਨ ਉਹਦੇ ਵੱਲ ਕੋਈ ਤਵੱਜਾ ਨਹੀਂ ਹੋ ਰਹੀ। ਉਹਦਾ ਮਤਲਬ ਕਿ ਉਹ ਸਿਆਸੀ ਬੰਦੇ ਇਸ ਤਰ੍ਹਾਂ ਦੇ ਗਲਤ ਕਿਸਮ ਦੇ ਬੰਦੇ ਅਸੀਂ ਸਮਝਦੇ ਹਾਂ, ਹੁਣ ਸਾਨੂੰ ਇਹ ਪੁਖਤਾ ਇਸ ਗੱਲ ਦਾ ਯਕੀਨ ਹੋ ਰਿਹਾ ਦਿਨ ਬ ਦਿਨ ਕਿ ਇਹ ਦੂਸਰੀਆਂ ਪਾਰਟੀਆਂ ਜਿਹੜੇ ਬੰਦੇ ਲੈ ਗਏ ਨੇ ਉਹ ਹਕੀਕਤ ਦੇ ਵਿੱਚ ਅਸੀਂ ਸਮਝਦੇ ਹਾਂ ਕਿ ਸ਼ਾਇਦ ਉਹ ਗਦਾਰੀ ਕਰ ਦਿੰਦੇ, ਉਹ ਮੁਖਲਿਸ ਨਹੀਂ ਹੈ, ਉਹ ਹਕੂਮਤ ਨੂੰ ਵੀ ਧੋਖਾ ਦੇ ਰਹੇ ਨੇ ਅਤੇ ਵਰਕਰਾਂ ਦਾ ਉਹਨਾਂ ਨੇ ਜਾਂ ਮਸ਼ਾਇਕ ਨਾਲ ਰਾਬਤਾ ਨਾ ਕਰਵਾਉਣ, ਕਿਉਂਕਿ ਇਹ ਸਮਝਦੇ ਪਏ ਸੀ ਕਿ ਅਗਰ ਮਸ਼ਾਇਕ ਹਕੂਮਤ ਨਾਲ ਮਿਲ ਗਏ ਤਾਂ ਪਾਰਟੀ ਬਹੁਤ ਸਟਰੋਂਗ ਹੋ ਜਾਵੇ, ਇਹ ਆਇੰਦਾ ਹਕੂਮਤ ਯਕੀਨਨ ਬਣਾ ਸਕਦੇ। ਤਾਂ ਅਸੀਂ ਹੁਣ ਇਹੀ ਮਤਲਬ ਕਿ ਸਮਝ ਰਹੇ ਹਾਂ ਕਿ ਇਹ ਜਾਣ ਬੁੱਝ ਕੇ ਜਿਹੜਾ ਵਾ ਨਾ ਜੀ ਇਹ ਕੰਮ ਖਰਾਬ ਕੀਤਾ ਗਿਆ, ਆਵਾਮ ਦੀ ਜਿਹੜਾ ਵਾ ਉਹ ਮੁਸਲਿਮ ਲੀਗ ਦੀਆਂ ਜੜ੍ਹਾਂ ਜਿਹੜੀਆਂ ਆਵਾਮ ਦੇ ਵਿੱਚ ਬਣ ਰਹੀਆਂ ਸੀ ਤੇਜ਼ੀ ਨਾਲ ਉਹ ਪਹਿਲੇ ਵੀ ਖਤਮ ਹੋ। ਹੁਣ ਵਜ਼ੀਰ ਸਾਹਿਬ ਜਾਂ ਵਜ਼ੀਰ ਆਜ਼ਮ ਸਾਹਿਬ ਇਹ ਕਹਿ ਰਹੇ ਨੇ ਕਿ ਜਨਾਬ ਇਜ਼ਾਫਾ ਹੋ ਰਿਹਾ, ਵੇਲੇ ਜਿਹਾ ਫਰਾਮ ਹੋ ਰਿਹਾ, ਅਗਰ ਉਹ ਚੰਦ ਬੰਦਿਆਂ ਦਾ ਇਜ਼ਾਫਾ ਹੋ ਰਿਹਾ ਵਾ ਅੱਗੇ ਤੁਸੀਂ ਦੇ ਰਹੇ ਹੋ ਅਤੇ ਉਹ ਅੱਗਾ ਦੌੜ ਅਤੇ ਪਿੱਛਾ ਚੌੜ, ਉਹ ਪਿੱਛੇ ਤੁਹਾਡਾ ਲੱਖਾਂ ਕਾਰਕੁਨ ਜਿਹੜਾ ਵਾ ਜਿਹਦੇ ਸਿਰ ਦੇ ਉੱਤੇ ਵਜ਼ਾਰਤਾਂ ਲੈ ਕੇ ਬੈਠੇ ਹੋ ਤੁਸੀਂ, ਐੱਮ ਐੱਨ ਏ ਐੱਮ ਪੀ ਏ ਬਣ ਕੇ ਬੈਠੇ ਹੋ, ਆਦਮੀ ਬਣ ਕੇ ਬੈਠੇ ਹੋ, ਉਹੀ ਖਤਮ ਹੋ ਰਿਹਾ ਪਿੱਛੋਂ ਅਤੇ ਚੰਦ ਬੰਦੇ ਕੀ ਕਰ ਲੈਂਦੇ। ਅਤੇ ਇਹਨਾਂ ਇਹੀ ਚੀਜ਼ਾਂ ਦੇਖਦੇ ਹੋਏ ਦੂਸਰੀਆਂ ਸਿਆਸੀ ਪਾਰਟੀਆਂ ਜਾਂ ਦੀਨੀ ਜਮਾਤਾਂ ਜਿਹੜੀਆਂ ਨੇ ਉਹ ਹਕੂਮਤ ਦੇ ਖਿਲਾਫ ਹੋ ਰਹੀਆਂ। ਉਹੀ ਮਸਾਇਲ, ਉਹ ਵੀ ਆਵਾਮ ਹੀ ਆ ਅਤੇ ਇਹ ਪਾਰਟੀ ਵੀ ਆਵਾਮ ਹੀ ਸੀ, ਇਹਨਾਂ ਨੇ ਮੁਖਲਿਸ ਹੋ ਕੇ ਜਿਹੜੇ ਕੰਮ ਕੀਤੇ ਇਹਦੀ ਵਜ੍ਹਾ ਨਾਲ ਉਹ ਅੱਗੇ ਇੱਕ ਮਾਹੌਲ ਚੱਲਿਆ ਹੀ ਨਹੀਂ। ਉਹ ਅਸੀਂ ਤਾਂ ਮਸ਼ਵਰੇ ਸਾਡੇ ਤੋਂ ਲੈਂਦੇ ਰਹੇ ਨੇ ਕਿ ਮਸ਼ਵਰੇ ਹੈ ਦਵੋ ਹੈ ਕਰੋ, ਅਸੀਂ ਲਿਖ ਕੇ ਭੇਜਦੇ ਰਹੇ, ਲੇਕਿਨ ਉਹ ਥੋੜ੍ਹਾ ਬਹੁਤ ਅਮਲ ਹੋਇਆ ਉੱਥੇ, ਲੇਕਿਨ ਆਉਣ ਨਹੀਂ ਦਿੱਤਾ ਮਸ਼ਾਇਕ ਨੂੰ ਮਿਲੇ ਨਹੀਂ, ਬਲਕਿ ਸਾਨੂੰ ਇਹ ਤਾਸਰ ਮਿਲਿਆ ਇਹਨਾਂ ਦੇ ਖਾਸ ਹਕੂਮਤੀ ਨੁਮਾਇੰਦਿਆਂ ਤੋਂ ਕਿ ਜੀ ਹਕੂਮਤ ਜਾਂ ਸਦਰ ਮੁਸ਼ਰਫ ਸਾਹਿਬ ਜਾਂ ਵਜ਼ੀਰ ਆਜ਼ਮ ਸਾਹਿਬ ਜਿਹੜੇ ਨੇ ਜੀ ਉਹ ਪਸੰਦ ਨਹੀਂ ਕਰਦੇ ਮਸ਼ਾਇਕ ਨੂੰ, ਦੀਨੀ ਸ਼ਖਸੀਅਤ ਨੂੰ ਪਸੰਦ ਨਹੀਂ ਕਰਦੇ, ਇਹ ਇਸ ਤਰ੍ਹਾਂ ਦੇ ਪੀਰਾਂ ਨੂੰ ਪਸੰਦ ਕਰਦੇ ਨੇ ਜਿਹੜੇ ਇਹਨਾਂ ਨੇ ਲੈ 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 ਕਰੋ, ਮਤਲਬ ਕਿ ਵਾਧੇ ਤੌਰ ਦੇ ਉੱਤੇ ਮੁਖਤਲਿਫ ਜਗ੍ਹਾ 'ਤੇ ਸਾਨੂੰ ਪੈਗਾਮ ਇਹਨਾਂ ਦੇ ਬੰਦਿਆਂ ਨੇ ਪਹੁੰਚਾਇਆ ਕਿ ਜਨਾਬ ਤੁਹਾਡਾ ਇਹ ਕੰਮ ਹੀ ਨਹੀਂ ਇੱਧਰ ਆਉਣ ਦਾ, ਇਹਨਾਂ ਨੂੰ ਆਪਣੇ ਰੰਗ ਦੇ ਬੰਦੇ ਚਾਹੀਦੇ ਨੇ ਜਿਹੜਾ ਇਹਨਾਂ ਦਾ ਖੁਆਹਿਸ਼ਾਂ ਦਾ ਖਿਆਲ ਕਰਨ, ਇਹਨੂੰ ਹਰ ਚੀਜ਼ ਦੀ ਸਪਲਾਈ ਜਾਰੀ ਰੱਖਣ, ਹੈਂਜੀ ਆਪਣੇ ਮਕਾਸਦ ਹਾਸਲ ਕਰਨ। ਤਾਂ ਅਸੀਂ ਉਹ ਦੇਖ ਰਹੇ ਨੇ ਅਤੇ ਉਹੀ ਬੰਦੇ ਕਾਮਯਾਬ ਨੇ ਵਿੱਚ ਬੈਠੇ ਨੇ। ਅਗਰ ਅਗਰ ਨੇਕ ਬੰਦਿਆਂ ਨੂੰ ਨਹੀਂ ਲੈ ਕੇ ਆ ਜਾਏਗਾ, ਉਹ ਜਿਹੜੀ ਕਾਇਦੇ ਆਜ਼ਮ ਦੀ ਅਸਲ ਮੁਸਲਿਮ ਲੀਗ ਸੀ ਉਹਦੇ ਵਾਰਸ ਜਿਹੜੇ ਨੇ ਹੈ ਹੀ ਮਸ਼ਾਇਕ ਨੇ, ਅਗਰ ਉਹਨਾਂ ਨੂੰ ਨਹੀਂ ਲੈ ਕੇ ਚੱਲਿਆ ਜਾਏਗਾ ਤਾਂ ਇਹ ਕਿਸੇ ਤੌਰ 'ਤੇ ਵੀ ਹਕੂਮਤ ਨਹੀਂ ਬਣ ਸਕਦੀ। ਮੈਂ ਇਹ ਤੁਹਾਡੀ ਵਿਸਾਖ ਦਾ ਜਿਹੜਾ ਵਾ ਇਹ ਪੈਗਾਮ ਦੇ ਰਿਹਾ ਹਕੂਮਤ ਨੂੰ ਵੀ ਜਾਂ ਦੂਸਰੀਆਂ ਪਾਰਟੀਆਂ ਨੂੰ ਵੀ ਕਿ ਅਗਰ ਹਕੂਮਤ ਨੇ ਹਾਲੇ ਵੀ ਇਹ ਚੀਜ਼ ਨਹੀਂ ਸਮਝੀ ਉੱਤੇ ਵਜ਼ੀਰ ਆਜ਼ਮ ਸਾਹਿਬ ਨੇ ਜਾਂ ਸਦਰ ਸਾਹਿਬ ਨੇ ਜਾਂ ਵਜ਼ੀਰ ਆਲਾ ਸਾਹਿਬ ਨੇ ਅਤੇ ਇਹ ਹਕੂਮਤ ਬਣਨੀ ਤਾਂ ਬੜੀ ਦੂਰ ਦੀ ਗੱਲ, ਇਹਨਾਂ ਦੀ ਆਪੋਜੀਸ਼ਨ ਵੀ ਨਹੀਂ ਬਣਨੀ ਮਜ਼ਬੂਤ, ਇਹ ਬਿਲਕੁਲ ਖਤਮ ਹੋ ਜਾਵੇਗੀ ਜਮਾਤ, ਮੁਸਤਕਬਿਲ ਬਿਲਕੁਲ ਖਤਮ ਹੋ। ਇਹ ਫੌਰੀ ਤੌਰ ਦੇ ਉੱਤੇ ਸੀ ਐੱਮ ਸਾਹਿਬ ਨੂੰ ਸਦਰ ਸਾਹਿਬ ਨੂੰ ਜਾਂ ਵਜ਼ੀਰ ਆਜ਼ਮ ਸਾਹਿਬ ਨੂੰ ਇਹਦਾ ਐਕਸ਼ਨ ਲੈਣਾ ਚਾਹੀਦਾ ਵਾ ਕਿ ਉਹ ਕਿਹੜੇ ਐਸੇ ਲੋਕ ਨੇ ਹਾਲੇ ਤੱਕ ਮੌਜੂਦ ਨੇ ਕਿ ਲੱਖਾਂ ਬੰਦਿਆਂ ਦੀ ਆਵਾਜ਼ ਨੂੰ ਉਹਨਾਂ ਦੀਆਂ ਤਕਲੀਫਾਂ ਨੂੰ ਇਹ ਜੀ ਉਹਨਾਂ ਨਾਲ ਮਤਲਬ ਕਿ ਗੱਲਬਾਤ ਨਹੀਂ ਕਰਨਾ ਚਾਹ ਰਹੇ, ਕਿਉਂ? ਲੀਡਰ ਤਾਂ ਜਿਹੜਾ ਵਾ ਉਹ ਆਵਾਮ ਦਾ ਖਾਦਮ ਹੋਣਾ ਚਾਹੀਦਾ, ਕਹਿੰਦੇ ਹੀ ਉਹਨੂੰ ਜਿਹੜਾ ਮਸਾਇਲ ਹੱਲ ਕਰੇ, ਲੋਕਾਂ 'ਚ ਬੈਠੇ ਲੋਕਾਂ 'ਚ ਰਾਬਤਾ ਰੱਖੇ, ਅਤੇ ਜਿਹੜਾ ਮੁਸ਼ੀਰ ਹੈ ਸੀ ਐੱਮ ਸਾਹਿਬ ਨੇ ਜਿਹੜੇ ਮੁਸ਼ੀਰ ਰਹਿਣ ਰੱਖੇ ਨੇ, ਮੇਰਾ ਖਿਆਲ ਹੈ ਕਿ ਕਈ ਮੁਸ਼ੀਰ ਸੀ ਐੱਮ ਸਾਹਿਬ ਦੇ ਜਾਂ ਵਜ਼ਰਾ ਵੀ ਸੀ ਐੱਮ ਸਾਹਿਬ ਨੂੰ ਲਿਖ ਕੇ ਦੇ ਗਏ, ਸਾਡਾ ਰਿਟਨ ਉਹਨਾਂ ਦੇ ਮੌਜੂਦ ਨੇ, ਲੈਟਰ ਮੌਜੂਦ ਨੇ ਕਿ ਉਹਨਾਂ ਨੇ ਸਾਡੀ ਸਿਫਾਰਿਸ਼ ਕੀਤੀ ਹੈ ਕਿ ਫੌਰਨ ਸੀ ਐੱਮ ਸਾਹਿਬ ਨਾਲ ਰਾਬਤਾ ਕਰੋ, ਲੇਕਿਨ ਸੀ ਐੱਮ ਸਾਹਿਬ ਨੂੰ ਕਿਹੜੇ ਐਸੇ ਜ਼ਰੂਰੀ ਕੰਮ ਨੇ ਕਿ ਬਾਕੀ ਟਾਈਮਾਂ 'ਤੇ ਜਿੱਥੇ ਉਹਨਾਂ ਦੇ ਖੁਦ ਮੁਸ਼ੀਰ ਮਸ਼ਵਰੇ ਦੇ ਰਹੇ ਨੇ ਕਿ ਇਹ ਕੰਮ ਜ਼ਰੂਰੀ ਆ, ਉਹਦੇ ਵਾਸਤੇ ਟਾਈਮ ਨਹੀਂ ਕੱਢਿਆ ਜਾ ਰਿਹਾ, ਕਿਉਂ? ਹੁਣ ਇਹਦੀ ਇੰਤਹਾ ਇਹ ਹੋ ਗਈ ਸੀ ਕਿ ਇੰਨਾ ਅਰਸਾ ਬੈਨਰ ਦੇ ਜ਼ਰੀਏ ਇਤਜਾਜ ਕਰਕੇ ਇੱਕ ਸਾਲ ਗੁਜ਼ਰ ਗਿਆ ਮੁਕੰਮਲ, ਉਹਦੇ ਬਾਅਦ ਲੱਖਾਂ ਲੋਕ ਜਿਹੜੇ ਨੇ ਉਹ ਬਿਲਕੁਲ ਮੁਤਨਫ਼ਰ ਹੋ ਗਏ, ਉਹਨਾਂ ਨੇ ਪੰਜਾਬ ਦੀ ਕਿਆਦਤ ਤੋਂ ਮੁਕੰਮਲ ਨਫ਼ਰਤ ਦਾ ਇਜ਼ਹਾਰ ਕਰ ਦਿੱਤਾ, ਬਲਕਿ ਉਹਨਾਂ ਨੇ ਕਿਹਾ ਕਿ ਅਸੀਂ ਕਾਬ ਲੀਗ ਨੂੰ ਛੱਡ ਗਏ। ਇਹ ਕਾਬ ਲੀਗ ਜਿਹੜੀ ਜਨਾਬ ਇਹ ਜਨਰਲ ਸੈਕਟਰੀ ਪੰਜਾਬ ਦੀ ਕਾਬ ਲੀਗ ਆ, ਥੱਲੇ ਇਹਨਾਂ ਦੀ ਕਾਬ ਲੀਗ ਆ, ਅਸੀਂ ਉਸ ਕਾਬ ਲੀਗ ਸ਼ਾਮਲ ਹਾਂ ਜਿਹੜੀ ਅਮੀਰ ਮਿਲਤ ਸਰਕਾਰ ਦੀ ਕਾਬ ਲੀਗ ਸੀ, ਕਾਇਦੇ ਆਜ਼ਮ ਦੀ ਕਾਬ ਲੀਗ ਸੀ,
ਅਗਰ ਕਾਫ ਲੀਗ ਇਹਨਾਂ ਨੂੰ ਟਿਕਟ ਦੇਵੇਗੀ ਆਇੰਦਾ ਇਲੈਕਸ਼ਨ ਦੇ ਵਿੱਚ, ਤੇ ਸਾਡਾ ਕਾਰਕੁਨਾਂ ਦਾ ਜਿਹੜਾ ਮੇਰੇ ਲੱਖ ਬੰਦੇ ਦਾ, ਅਸੀਂ ਇਹਨਾਂ ਨੂੰ ਵੋਟ ਨਹੀਂ ਦੇਵਾਂਗੇ। ਅਸੀਂ ਦੂਸਰਾ ਕਿਸੇ ਵੀ ਪਾਰਟੀ ਨਾਲ ਕੋਈ ਤਲਕ ਰੱਖਦਾ ਹੋਏਗਾ ਬੰਦਾ, ਅੱਛਾ ਆਦਮੀ ਹੋਵੇਗਾ, ਰਾਬਤਾ ਕਰਨ ਵਾਲਾ ਹੋਵੇਗਾ, ਮਸਾਇਲ ਹੱਲ ਕਰ, ਅਸੀਂ ਉਹਨੂੰ ਵੋਟ ਦੇ ਦਾਂਗੇ, ਇਹਨਾਂ ਨੂੰ ਨਹੀਂ ਦੇਵਾਂਗੇ। ਸਵਾਲ ਹੈ ਪੈਦਾ ਹੁੰਦਾ ਕੋਈ ਮੈਸੇਜ ਵੀ ਦੇਤਾ, ਔਰ ਤੁਸੀਂ ਇੱਕ ਖਸ਼ੇ ਦਾ ਇਜ਼ਹਾਰ ਵੀ ਕਰਤਾ ਕਿ ਆਏਗਾ ਇਲੈਕਸ਼ਨ ਵਿੱਚ ਨਾ ਕੀਤਾ ਪਾਈ ਦਾ ਨਾ। ਹੁਣ ਕੁਛ ਇਲੈਕਸ਼ਨ ਵੀ ਆ ਰਹੇ ਨੇ, ਕਿਉਂਕਿ ਅਬਦੁੱਲਾ ਮੁਹੰਮਦ ਦੀ ਸਿਆਦਤ ਦੀ ਪਾਰਟੀ ਜੀ ਹੈ ਆਪਣਾ ਫੋਕਸ ਰੱਖਿਆ, ਉਹ ਚੋਇਸ ਦਾ ਸਾਹਿਬ ਉਮੀਦਵਾਰ ਨੇ ਸਦਰ ਸਦਾਰਤ, ਕਿਆ ਇਹ ਸਮਝਦੇ ਹੋ ਕਿ ਕੁਛ ਸਦਾਰਤ ਜਾਂ ਜਿਹੜੇ ਪਾਰਟੀ ਦੇ ਦਾਅ ਨੇ ਉਹਨਾਂ ਦੀ ਤਬਦੀਲੀ ਹੋਣੀ ਚਾਹੀਦੀ, ਜਾਂ ਸਮਝਦੇ ਹੋ ਕਿ ਨਹੀਂ ਉਹ ਸਹੀ ਨੇ ਥੱਲੇ ਲੋਕ ਨੇ ਉਹ ਗਲਤ ਨੇ? ਮੁਕਤ ਚਾਹਵਾਂਗਾ ਇਹੀ ਤਾਂ ਕੀ ਹੈ, ਇਹੀ ਤਰ੍ਹਾਂ ਹੋਏ ਨੇ ਪੰਜਾਬ ਦੀ ਸੱਤਾ ਦੇ ਉੱਤੇ, ਹਾਲ ਦੀ ਸੱਤਾ ਦੇ ਉੱਤੇ, ਇਹਨਾਂ ਨੂੰ ਅਗਰ ਇਹਨਾਂ ਨੇ ਫੌਰੀ ਤੌਰ ਦੇ ਉੱਤੇ ਹਾਲੇ ਵੀ ਇਹ ਨਾ ਸੋਚਿਆ ਜਾਂ ਇਹ ਚੀਜ਼ਾਂ 'ਤੇ ਨਿਗਾਹ ਨਹੀਂ ਕੀਤੀ ਮਸਾਇਕ ਦੇ ਮਸ਼ਵਰੇ ਦੇ ਉੱਤੇ, ਅਤੇ ਅਗਰ ਤੁਸੀਂ ਜਿਸ ਤਰ੍ਹਾਂ ਇਹਨਾਂ ਨੇ ਮੁਸ਼ੀਰ ਬਣਾਈ ਜਾਂਦੇ ਨੇ ਫਟਾਫਟ, ਤਾਂ ਪੂਰੀ ਦੁਨੀਆ 'ਚ ਬਦਨਾਮ ਹੋ ਰਹੀ ਹੈ ਹਕੂਮਤ ਕਿ ਇੰਨੇ ਮੁਸ਼ੀਰ ਵੋਟ ਲੈਣ, ਚੰਦ ਵੋਟ ਲੈਣ ਵਾਸਤੇ ਫਟਾਫਟ ਮੁਸ਼ੀਰਾਂ ਦੀ ਇਜ਼ਾਫਾ ਕਰ ਦਿੱਤਾ ਪਿਆ, ਉਹਦਾ ਖਜ਼ਾਨਾ ਨੂੰ ਨੁਕਸਾਨ ਪਹੁੰਚ ਰਿਹਾ, ਅਲੱਗ ਪਾਕਿਸਤਾਨ ਦੀ ਗਰੀਬ ਹਕੂਮਤ ਦੇ ਆਵਾਮ ਦੇ ਟੈਕਸ ਲਾ ਲਾ। ਅਗਰ ਉਹਦੀ ਬਜਾਏ ਅਸੀਂ ਇਹੀ ਮਸ਼ਵਰਾ ਦਿੱਤਾ ਸੀ ਕਿ ਮੌਸਰ ਮਸਾਇਕ ਅਗਰ ਉਹ ਲੈ ਲਏ ਜਾਣ ਤਾਂ ਉਹ ਮੁਆਸ਼ਰੇ 'ਚ ਵੀ ਸਹੀ ਕਿਰਦਾਰ ਅਦਾ ਕਰਨਗੇ, ਉਹ ਮੁਸਲਿਮ ਲੀਗ ਨਾਲ ਮੁਖਲਿਸ ਵੀ ਰਹਿਣਗੇ, ਕਿਉਂਕਿ ਖੁਦ ਇਹਨਾਂ ਦੀ ਆਪਣੀ ਜ਼ਾਤੀ ਜਮਾਤ ਹੈ, ਇਹਨਾਂ ਦੇ ਬਜ਼ੁਰਗਾਂ ਦੀ ਜਮਾਤ ਹੈ, ਅਤੇ ਇਹਨਾਂ ਦਾ ਅਸਰ ਰਸੂਖ ਵੀ ਆਵਾਮ ਦੇ ਵਿੱਚ ਬੇਥਾਸ ਲੱਖਾਂ ਕਰੋੜਾਂ। ਤੁਸੀਂ ਸਰਕਾਰ ਅੱਜ ਸਰਕਾਰ ਦਾ ਮੌਕਾ ਖਾਰੀ ਇਹ ਗੱਲ ਕਰ ਬੈਠੇ, ਮੈਂ ਕਿਹਾ ਕਿਆ ਦੇਵਾਂ ਨਾ, ਕਿਉਂਕਿ ਪਾਰਟੀ ਕਿ ਤੁਸੀਂ ਸਾਰਾ ਕਿਲਾ ਉਹਨਾਂ ਕਰਦੇ ਪਏ ਹੋ ਕਿ ਸਾਨੂੰ ਸੁਣ ਨਹੀਂ ਸਾਰੀ, ਉਹ ਸੁਣਾਈ ਹੋ ਰਹੀ, ਇਹਦੇ 'ਚ ਜ਼ਿੰਮੇਵਾਰੀ ਕਿਆ ਦੀ ਹੈ ਨਾ ਜੀ? ਹਾਂ, ਕਿਉਂ ਕੀ ਕਰਦੀ, ਕਿਉਂ ਇਸ ਇੱਥੇ ਹੈ ਵੀ ਕਿਉਂ ਫਿਰ ਹੋਵੇ, ਕਿਉਂ ਜਿਹੜੀ ਹਕੂਮਤ ਨਾਲ ਉਹਦੀ ਨੈਗੋਸੀਏਸ਼ਨ ਹੈ ਉਹ ਇੰਨੀ ਕਾਮਯਾਬ ਹੈ ਕਿ ਮਕਸੇ ਹੱਲ ਹੋ ਸਕਣ? ਮੈਂ ਸਵਾਲ ਕਰਾਂ। ਹਾਂਜੀ, ਇਹਦੇ ਵਿੱਚ ਦੇਖੋ ਨਾ, ਹੁਣ ਅਸੀਂ ਥੋੜ੍ਹਾ ਜਿਹਾ ਇਸ ਸਾਨੂੰ ਇਹ ਪਤਾ ਚੱਲਿਆ ਕਿ ਜਨਰਲ ਸੈਕਟਰੀ ਪੰਜਾਬ ਜਿਹੜੇ ਨੇ, ਹਾਂਜੀ ਰਾਣਾ ਸਾਹਿਬ ਜ਼ਹੀਰੁਦੀਨ ਸਾਹਿਬ, ਇੱਥੇ ਆ ਕੇ ਰੁਕਾਵਟ ਪੈਂਦੀ ਹੈ ਸਾਰੀ, ਇਹ ਰੁਕਾਵਟ ਹੈ। ਹਾਂਜੀ, ਬਿਲਕੁਲ ਇਹ ਵਾਅਦੇ ਹੋ ਚੁੱਕੀ ਹੈ ਗੱਲ ਜਿਹੜੀ ਆ ਕਿ ਬਾਰਹਾ ਦੱਸਣ ਦੇ ਬਾਵਜੂਦ ਇਹਨਾਂ ਦੇ ਲੀਗ ਦੇ ਕਾਮ ਲੀਗ ਦੇ ਇਹਨਾਂ ਕੋਲ ਬੰਦੇ ਗਏ, ਉਹਨਾਂ ਦੇ ਸਾਨੂੰ ਪਤਾ ਹੀ ਨਹੀਂ ਵੀ ਉਹਨਾਂ ਦੀ ਇੱਕ ਗੱਲ ਪਹੁੰਚ ਨਹੀਂ ਰਹੀ ਅਗਰ। ਹਾਂਜੀ, ਏਦਾਂ ਵਸੀ ਮੀਡੀਆ ਹੋ ਚੁੱਕਿਆ ਜੀ, ਆ ਤੁਸੀਂ ਵੀ ਗੱਲ ਕਰ ਰਹੇ ਹੋ, ਹਾਂਜੀ ਇੰਤਜ਼ਾਰ ਹੈ ਨਾ ਕਿ ਅਖਬਾਰਾਂ ਚ ਆਇਆ ਆਪਦੇ ਕੱਢ ਦਿਓ, ਤੇ ਕੀ ਵਜ੍ਹਾ ਫਿਰ ਉਹ ਗੱਲ ਤੋਂ ਹੀ ਪਹੁੰਚੀ ਕਰਕੇ? ਬਸ ਅਗਰ ਪਹੁੰਚੀ ਆ ਤੇ ਪਤਾ ਨਹੀਂ ਸਾਨੂੰ ਨਹੀਂ ਸਮਝ ਆ ਰਹੀ, ਤੇ ਇਸੇ ਵਾਸਤੇ ਲੋਕ ਰਫਰ ਹੋ ਚੁੱਕੇ ਜਨਾਬ ਇਹਨਾਂ, ਤੇ ਅਸੀਂ ਇਹ ਕਿ ਪੰਜਾਬ ਦੀ ਮੌਜੂਦਾ, ਹਾਂਜੀ ਮੌਜੂਦਾ ਜਿਹੜੀ ਕਿਹਾ ਦਿੱਤਾ ਨਾ ਜੀ, ਹਾਂਜੀ ਇਹਦੇ ਤੋਂ ਲੋਕ ਮੁਤਨਫਰ ਹੋਏ ਨੇ, ਠੀਕ ਹੈ, ਪੰਜਾਬ ਦੀ ਕੋਈ ਸਮਝ ਕਿਆ ਸਹੀ ਨਹੀਂ, ਇਹਨਾਂ ਨੂੰ ਦਰੁਸਤ ਕਰਨੀ ਚਾਹੀਦੀ, ਆਪਣੇ ਮੁਸ਼ੀਰ ਜਾਂ ਵਜ਼ੀਰ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਬੰਦੇ ਲੈ ਕੇ ਆਉਣੇ ਚਾਹੀਦੇ ਨੇ ਜਿਹੜੇ ਸਹੀ ਆਵਾਮੀ ਨੂੰ ਮੰਨਦੇ ਹੋਣ। ਮੈਂ ਚਾਹਾਂਗਾ ਮੁਖਤਸਰ, ਮੈਂ ਚਾਹਾਂਗਾ ਇੱਕ ਤੇ ਮੁਸ਼ੀਰਾਂ ਦੀ ਗੱਲ ਕਰ ਰਹੇ ਹੋ ਲੈ ਕੇ ਆਉਣ ਚਾਹੀਦੇ ਨੇ, ਇੱਕ ਉਹਨਾਂ ਦੀ ਕਿਆਦਤ, ਉਹਨਾਂ ਦੀ ਸਲਾਹੀਅਤ ਆਵਾਮ ਦੀ ਦੇ ਮਸਾਇਲ ਨੂੰ ਸਮਝਣ ਦਾ, ਉਹਨਾਂ ਨੂੰ ਦੇਖਣ ਦਾ, ਉਹ ਉਹਨਾਂ 'ਚ ਹੈ ਜਾਂ ਨਹੀਂ? ਹਾਂ, ਉਹਦੀ ਬਜਾਏ ਅਗਰ ਇਹੀ ਸਾਡਾ ਮਸ਼ਵਰਾ ਸੀ ਕਿ ਅੱਛੇ ਸਾਥੀ ਲੈ ਕੇ ਆਓ, ਹਾਂਜੀ ਅੱਛੇ ਸਾਥੀ ਲੈ ਕੇ ਆਓ, ਉਹ ਬਿਹਤਰ ਮੁਸ਼ੀਰ ਉਹ ਬਿਹਤਰ ਹੋ ਜਾਏ, ਹਰ ਚੀਜ਼ ਬਿਹਤਰ ਹੋ ਜਾਏ। ਮੋਹਤਰਮ ਸੂਫੀ ਮਸੂਦਾ ਮਸਦੀਕੀ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਬਹੁਤ ਸੋਹਣੀ ਗੱਲਾਂ ਕੀਤੀਆਂ, ਖਾਸ ਤੌਰ ਕਾਰਕੁਨਾਂ ਵਾਲੇ ਨਾਲ, ਔਰ ਜਿਸ ਮੌਜੂਦਾ ਆਪਣਾ ਜਮਾਤ ਹੈ ਉਹਦੀ ਕਿਆਦਤ ਦੇ ਹਵਾਲੇ ਨਾਲ। ਸਾਨੂੰ ਉਮੀਦ ਹੈ ਕਿ ਤੁਹਾਡੀ ਗੱਲਾਂ ਆਲਾ ਕਿਆਦਤ ਦੂਰ ਪਹੁੰਚਣਗੀਆਂ, ਔਰ ਜਿਹੜੇ ਬਿਹਤਰ ਔਰ ਇਸ ਮਸਾਇਲ ਦੇ ਹੱਲ ਵਾਸਤੇ ਇਕਦਾਮਾਤ ਹੋ ਸਕਣ, ਜ਼ਰੂਰ ਕਰਦੇ। ਤੁਹਾਡਾ ਬਹੁਤ ਸ਼ੁਕਰੀਆ, ਤੁਹਾਡਾ ਬਹੁਤ ਸ਼ੁਕਰੀਆ ਜਨਾਬ। ਪਾਕਿਸਤਾਨ ਕਿਉਂਕਿ ਜਮਹੂਰੀ ਮੁਲਕ ਹੈ, ਕੈਸੇ ਜਮਾਤੀ ਸਿਸਟਮ ਰਾਜ, ਔਰ ਕਾਰਕੁਨ ਔਰ ਲੀਡਰਾਂ ਦਾ ਵਾਸਤਾ ਜਿਹੜਾ ਵੀ ਉਹ ਲਾਜ਼ਮ ਮਜ਼ਬੂਤ। ਅੱਜ ਦੀ ਗੱਲਾਂ ਨਾਲ ਇਹ ਗੱਲ ਵਾਜ਼ਿਹ ਹੋਈ ਹੈ ਕਿ ਉਹ ਗੁਰਾਂ ਜਮਾਤ ਦੇ ਵਿੱਚ ਵੀ ਕਲਾਕਾਰ ਮੌਜੂਦ, ਉਹ ਹੱਥ ਔਰ ਕਾਰਕੁਨ ਜਿਹੜਾ ਬੜੀ ਤਾਦਾਦ ਦੇ ਵਿੱਚ ਆਪਣੀ ਕਿਆਦਤ ਕੋਲੋਂ ਉਹਨਾਂ ਦੀ ਪਾਲਸੀਆਂ ਕੋਲੋਂ ਮੁੜ ਪਈ ਨਹੀਂ। ਤੁਹਾਨੂੰ ਵੀ ਮੋਹਤਰਮ ਦੇਖਣ ਵਾਲੇ ਸੁਣ ਵਾਲੇ ਹੋ, ਪਾਰਟੀਆਂ ਨੂੰ ਮਜ਼ਬੂਤ ਕਰਨ ਵਾਸਤੇ, ਪਾਰਟੀਆਂ ਨੂੰ ਖਾਲ ਬਣਾਉਣ ਵਾਸਤੇ ਆਲਾ ਹਕਾਮ, ਆਲਾ ਹਕਾਮ ਤੋਂ ਬਰਾਤ ਪਾਰਟੀ ਲੀਡਰਾਂ ਆਪਣਾ ਮੁਸਤਕ ਕਿਰਦਾਰ ਅਦਾ ਕਰਦੇ ਹਨ। ਇਹ ਗੱਲਾਂ ਨਾਲ ਪ੍ਰੋਗਰਾਮ ਦਾ ਵੇਲਾ ਖਤਮ ਹੁੰਦਾ ਹੈ। ਸੁਪਰੀਮ ਕੋਰਟ ਪੰਜਾਬ ਦੇ